ਜਿਵੇਂ ਤੁਹਾਨੂੰ ਪਤਾ ਹੀ ਹੈ ਸਿੱਧੂ ਮੂਸੇ ਵਾਲੇ ਨੂੰ ਹਥਿਆਰਾਂ ਦਾ ਕਿੰਨਾ ਸ਼ੌਂਕ ਸੀ ਮੂਸੇ ਵਾਲਾ ਹਰ ਆਪਣੇ ਗੀਤ ਦੇ ਵਿੱਚ ਕਿਸੇ ਨਾ ਕਿਸੇ ਹਥਿਆਰ ਦਾ ਨਾਮ ਜ਼ਲੂਰ ਰਹਿੰਦਾ ਸੀ ਕਈ ਅਜਿਹੇ ਹਥਿਆਰਾਂ ਬਾਰੇ ਵੀ ਚਰਚੇ ਹੁੰਦੇ ਸੀ ਜਿਹੜੇ ਇੰਡੀਆ ਵਿੱਚ ਬੈਨ ਹਨ ਅੱਜ ਤੁਹਾਨੂੰ ਦੱਸਾਂਗੇ ਮੂਸੇ ਵਾਲੇ ਕੋਲ ਕਿਹੜਾ ਹਥਿਆਰ ਸੀ ਮੂਸੇ ਵਾਲੇ ਕੋਲ ਇੱਕ ਖਾਸ ਤੇ ਖਤਰਨਾਕ ਪਿਸਟਲ ਸੀ ਜਿਸ ਨੂੰ ਪੁਆਇੰਟ 45 ਕਿਹਾ ਜਾਂਦਾ ਹੈ ਮੂਸੇ ਵਾਲਾ ਇਸ ਦਾ ਨਾਮ ਆਪਣੇ ਗੀਤਾਂ ਵਿੱਚ ਵੀ ਲੈਂਦਾ ਸੀ ਇਹ ਰਵਾਲਵਰ ਇੰਡੀਆ ਵਿੱਚ ਕਈ ਕੰਪਨੀਆਂ ਦੁਆਰਾ ਬਣਾਇਆ ਗਿਆ ਪਰ ਮੂਸੇ ਵਾਲੇ ਕੋਲ ਅਮਰੀਕਨ ਕੰਪਨੀ ਇਟਾਕਾ 1911 .45 ਕੈਲੀਬਰ ਦਾ ਰਵਾਲਵਰ ਸੀ ਇਸ ਰਵਾਲਵਰ ਨੂੰ VIP ਰਵਾਲਵਰ ਵੀ ਕਿਹਾ ਜਾਂਦਾ ਹੈ ਅਮਰੀਕਾ ਵਿੱਚ ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਹੁਣ ਤੱਕ ਇਸ ਪਿਸਤਲ ਦੀ ਵਰਤੋਂ ਹੁੰਦੀ ਹੈ ਅਮਰੀਕਾ ਵਿੱਚ ਭਾਰਤ ਵਾਂਗ ਹਥਿਆਰਾਂ ਉੱਤੇ ਕੋਈ ਸਖਤ ਕਾਨੂੰਨ ਨਹੀਂ ਹੈ ਅਮਰੀਕਾ ਵਿੱਚ ਕਿਸੇ ਵੀ ਆਮ ਸਟੋਰ ਤੋਂ ਕੋਈ ਵੀ ਵਿਅਕਤੀ ਹਥਿਆਰ ਖਰੀਦ ਸਕਦਾ ਹੈ ਕੰਪਨੀ ਵੱਲੋਂ ਪਿਸਤਲ ਨਾਲ 8 ਗੋਲੀਆਂ ਕੈਰੀ ਕਰਨ ਵਾਲਾ ਮੈਗਜ਼ੀਨ ਦਿੱਤਾ ਗਿਆ ਹੈ ਪਰ ਮੂਸੇ ਵਾਲੇ ਨੇ ਇਹ ਮੈਗਜ਼ੀਨ ਐਕਸਟੈਂਡ ਕਰਵਾ ਕੇ ਆਪਣੇ ਨਾਲ 15 ਗੋਲੀਆਂ ਕੈਰੀ ਕਰਨ ਵਾਲਾ ਮੈਗਜ਼ੀਨ ਤਿਆਰ ਕਰਵਾਇਆ ਸੀ ਜਦੋਂ ਸਿੱਧੂ ਮੂਸੇ ਵਾਲੇ ਤੇ ਹਮਲਾ ਹੋਇਆ ਉਸਦੇ ਪਿਸਤਲ ਵਿੱਚ ਇੱਕ ਜਾਂ ਦੋ ਹੀ ਗੋਲੀਆਂ ਸਨ 0.45 ਪਿਸਟਲ ਤੋਂ ਪਹਿਲਾਂ ਮੂਸੇ ਵਾਲੇ ਕੋਲ 32 ਬੋਰ ਪਿਸਟਲ ਹੁੰਦਾ ਸੀ ਇਸ ਪਿਸਟਲ ਵਿੱਚ ਪੈਣ ਵਾਲੀ ਗੋਲੀ ਦਾ ਸਾਈਜ਼ ਦੂਜੇ ਪਿਸਟਲ ਦੀ ਗੋਲੀ ਨਾਲੋਂ ਵੱਡਾ ਹੁੰਦਾ ਹੈ 32 ਬੋਰ ਵਿੱਚ 7.65 mm ਦਾ ਰਾਉਂਡ ਪੈਂਦਾ ਹੈ ਜਿਹੜਾ ਪਿਸਟਲ ਸਿੱਧੂ ਮੂਸੇ ਵਾਲੇ ਕੋਲ ਸੀ ਉਸ ਵਿੱਚ 11.5 mm ਦਾ ਰਾਉਂਡ ਪੈਂਦਾ ਹੈ ਇਹ ਪਿਸਟਲ ਇੰਨਾ ਖਤਰਨਾਕ ਹੈ ਜੇਕਰ ਕਿਸੇ ਵਿਅਕਤੀ ਦੇ ਗੋਲੀ ਲੱਗੇ ਤਾਂ ਉਸ ਦੀ ਤੁਰੰਤ ਮੌਤ ਹੋ ਜਾਵੇਗੀ 45 ਬੋਰ ਵਿੱਚੋਂ ਨਿਕਲਣ ਵਾਲੀ ਗੋਲੀ 900 ਫੁੱਟ ਸੈਕਿੰਡ ਦੇ ਹਿਸਾਬ ਨਾਲ ਚੱਲਦੀ ਹੈ ਜਿਹੜਾ ਪਿਸਤਲ ਮੂਸੇ ਵਾਲੇ ਦੇ ਕੋਲ ਸੀ ਉਸ ਨੂੰ ਚਲਾਉਣ ਦੇ ਲਈ ਤਾਕਤਵਰ ਹੱਥਾਂ ਦੀ ਵਰਤੋਂ ਹੁੰਦੀ ਹੈ ਜੇਕਰ ਪਿਸਤਲ ਨੂੰ ਇੱਕ ਹੱਥ ਨਾਲ ਚਲਾਮੋਗੇ ਤਾਂ ਇਹ ਜ਼ੋਰ ਦੀ ਝਟਕਾ ਮਾਰੇਗਾ ਇਸ ਨੂੰ ਦੋ ਹੱਥਾਂ ਦੇ ਨਾਲ ਹੀ ਚਲਾਇਆ ਜਾ ਸਕਦਾ ਹੈ ਇੱਕ ਹੱਥ ਨਾਲ ਕੋਈ ਚਲਾ ਲਵੇ ਤਾਂ ਨਿਸ਼ਾਨਾ ਲੱਗਣ ਦੇ ਵਿੱਚ ਬਹੁਤ ਦਿੱਕਤ ਹੋਵੇਗੀ ਜਦੋਂ ਮੂਸੇ ਵਾਲੇ ਤੇ ਹਮਲਾ ਹੋਇਆ ਉਸਨੇ ਦੋ ਫਾਇਰ ਕੀਤੇ ਇੱਕ ਵਾਰ ਹਮਲਾਵਰ ਮੁੜਨ ਦੇ ਲਈ ਮਜਬੂਰ ਹੋ ਗਏ ਸੀ ਦੋਸਤੋ ਜੋ ਮੁੱਸੇ ਵਾਲੇ ਦੇ ਕੋਲ ਹਥਿਆਰ ਸੀ ਉਸ ਬਾਰੇ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰੋ